ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਤੁਹਾਡੇ ਖਾਸ ਪ੍ਰੋਗਰਾਮ ਦੇ ਵਿੱਚ, ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਰੂਹਾਨੀਅਤ ਗੱਲਾਂ ਦੇ ਵਿੱਚ। ਮੇਰੇ ਨਾਲ ਅੱਜ ਰੂਬਰੂ ਨੇ, ਮੇਰੇ ਨਾਲ ਮੁਖਾਤਿਬ ਨੇ ਅੱਜ ਗਿਆਨੀ ਕੁਲਦੀਪ ਸਿੰਘ ਜੀ, ਹੈੱਡ ਗ੍ਰੰਥੀ ਗੁਰੂ ਨਾਨਕ ਦਰਬਾਰ ਹਿਕਸਵੈਲ। ਗੱਲ ਕਰ ਰਹੇ ਸੀਗੇ ਇਨਸਾਨੀਅਤ ਦੇ ਬਾਰੇ, ਗੱਲ ਕਰ ਰਹੇ ਸੀਗੇ ਗੁਰੂ ਗ੍ਰੰਥ ਸਾਹਿਬ ਸਾਨੂੰ ਕੀ ਸਿਖਾਉਂਦਾ, ਗੱਲ ਕਰ ਰਹੇ ਸੀਗੇ ਤੁਸੀਂ ਆਪਣੀ ਲਾਈਫ ਦੇ ਵਿੱਚ ਜੇਕਰ ਤੁਹਾਨੂੰ ਕੋਈ ਸਟ੍ਰੈਸ ਹੈ, ਕੋਈ ਡਿਸੀਜ਼ ਹੈ, ਜਾਂ ਫਿਰ ਤੁਸੀਂ ਫਾਈਨੈਂਸ਼ੀਅਲ ਪ੍ਰੋਬਲਮ ਨਾਲ ਪ੍ਰੋਬਲਮ ਤੁਹਾਨੂੰ ਲਾਈਫ ਦੇ ਵਿੱਚ ਹੈਗੀ ਹੈ, ਤੁਸੀਂ ਕਿਵੇਂ ਨਿਪਟਾਰਾ ਪਾ ਸਕਦੇ ਹੋ, ਤੁਸੀਂ ਬਾਣੀ ਨਾਲ ਜੁੜ ਕੇ, ਪਾਠ ਨਾਲ ਜੁੜ ਕੇ, ਤੁਸੀਂ ਗੁਰੂ ਦਾ ਨਾਂ ਧਿਆ ਕੇ ਕਿਵੇਂ ਤੁਸੀਂ ਇਹਨਾਂ ਸਾਰੀ ਚੀਜ਼ਾਂ ਤੋਂ ਨਿਪਟਾਰਾ ਪਾ ਸਕਦੇ ਹੋ। ਕਿਉਂਕਿ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੋਇਆ ਕਿ ਮਾਨਸ ਕੀ ਜਾਤ ਸਭ ਹੈ ਏਕ ਹੈ ਪਹਿਚਾਨ ਬੋ, ਯਾਨੀ ਕਿ ਸਾਨੂੰ ਸਿਖਾਉਂਦਾ ਕਿ ਅਸੀਂ ਐਂਡ ਆਫ ਦਾ ਡੇ ਹੈ ਤਾਂ ਇਨਸਾਨ ਹੀ, ਕਿਉਂਕਿ ਕੋਈ ਵੀ ਧਰਮ ਜਿਹੜਾ ਉਹ ਉੱਚਾ ਨਹੀਂ ਹੈ, ਉੱਚਾ ਹੈ ਅਤੇ ਇਨਸਾਨੀਅਤ ਉੱਚੀ ਹੈ। ਅਤੇ ਇਨਸਾਨੀਅਤ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਕਿਵੇਂ ਜੋੜਦੀ ਹੈ, ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਇਨਸਾਨੀਅਤ ਕਿਵੇਂ ਸਿਖਾਉਂਦੀ ਹੈ, ਉਸੀ ਬਾਰੇ ਕਰ ਰਹੇ ਹਾਂ ਵਿਚਾਰ ਵਟਾਂਦਰਾ। ਯਾਨੀ ਜੀ ਬ੍ਰੇਕ ਤੋਂ ਬਾਅਦ, ਬ੍ਰੇਕ ਤੋਂ ਜਾਣ ਤੋਂ ਪਹਿਲਾਂ ਅਸੀਂ ਗੱਲ ਕੀਤੀ ਸੀਗੀ, ਯੂ ਵਾਂਟ ਟੂ ਟੈਲ ਸਮਥਿੰਗ, ਤੁਸੀਂ ਕੁਝ ਦੱਸਣਾ ਚਾਹੁੰਦੇ ਸੀਗੇ? ਉਹ ਮੈਂ ਇਹ ਦੱਸਣਾ ਚਾਹੁੰਦਾ ਸੀ ਜੋ ਗੁਰਬਾਣੀ ਹੈ, ਅਸੀਂ ਜੋ ਸ਼ਬਦ ਨੇ ਉਹਦੀ ਵਿਚਾਰ ਕਰਨੀ ਹੈ, ਕਿਉਂਕਿ ਇੰਨੇ ਵੱਡੇ ਦਰਬਾਰ ਹਾਲ ਸਾਡੇ ਗੁਰਦੁਆਰਾ ਸਾਹਿਬ ਬਣੇ ਹੁੰਦੇ ਨੇ, ਉਹ ਇਸ ਵਾਸਤੇ ਬਣੇ ਹੁੰਦੇ ਨੇ ਆਪਾਂ ਰਲ ਮਿਲ ਕੇ ਬੈਠ ਸਕੀਏ, ਔਰ ਉੱਥੋਂ ਅਸੀਂ ਸਮਾਜਿਕ ਗੱਲ ਵੀ ਕਰਨੀ ਹੈ, ਰਾਜਨੀਤਿਕ ਗੱਲ ਵੀ ਜ਼ਰੂਰ ਕਰਨੀ ਹੈ, ਪਰ ਧਰਮ ਦੇ ਅਧੀਨ ਰਹਿ ਕੇ ਕਰਨੀ ਹੈ। ਸੰਗਤ ਦਾ ਨਾਂ ਦਿੱਤਾ, ਸੰਗਤ ਨੇ ਮਿਲ ਕੇ ਆਰਥਿਕ ਤੌਰ 'ਤੇ ਵੀ ਜਿਹੜੀ ਗੱਲ ਕਰਨੀ ਹੈ, ਸਮਾਜਿਕ ਤੌਰ 'ਤੇ ਵੀ ਗੱਲ ਕਰਨੀ ਹੈ, ਰਾਜਨੀਤਿਕ ਤੌਰ 'ਤੇ ਗੱਲ ਵੀ ਅਸੀਂ ਗੁਰਦੁਆਰਾ ਸਾਹਿਬ ਤੋਂ ਕਰਨੀ ਹੈ, ਔਰ ਜੋ ਬਾਣੀ ਹੈ ਉਸਨੂੰ ਆਪਾਂ ਵਿਚਾਰਨਾ ਹੈ। ਅੱਜ ਕੀਰਤਨ ਦਰਬਾਰ ਬੜੇ ਹੋ ਰਹੇ ਨੇ, ਔਰ ਆ ਜਿਹੜਾ ਲਾਹ ਜ਼ਰੂਰ ਹੈ, ਪਰ ਮੈਂ ਇਹ ਕਹਿੰਦਾ ਵੀ ਆਪਾਂ ਉਹ 'ਤੇ ਕਿਤੇ ਨਾ ਕਿਤੇ ਬਹੁਤ ਵੱਡਾ ਹਿੱਸਾ ਜੋ ਸੰਗਤ ਹੈ ਉਹ ਕੰਨਰਸ ਦਾ ਕੀ ਸੀਮਤ ਹੈ। ਕੋਈ ਅੱਛਾ ਕੀਰਤਨੀ ਸਿੰਘ ਆਵਾਜ਼ ਅੱਛੀ ਹੈ, ਆਵਾਜ਼ ਜੋ ਵਾਜਾ ਵਜਾ ਰਿਹਾ, ਬੜੇ ਸੋਹਣੇ ਪੀਸ ਵਜਾ ਰਿਹਾ, ਤਬਲ 'ਚ ਅੱਛਾ ਨੇ, ਉਹਨਾਂ ਨੇ ਮਿਹਨਤ ਕੀਤੀ ਹੋਈ ਹੈ, ਤਬਲਾ ਸੋਹਣਾ ਵਜਾ ਰਹੇ ਨੇ, ਕੰਨਰਸ ਤੱਕ ਅਸੀਂ ਜ਼ਿਆਦਾ ਸੀਮਤ ਹਾਂ। ਅਤੇ ਉਸ ਤੋਂ ਇਲਾਵਾ ਅੱਜ ਜਿੱਥੇ ਅਸੀਂ ਗੁਰਬਾਣੀ ਕੀਰਤਨ ਜ਼ਰੂਰ ਸ਼੍ਰਵਣ ਕਰਨਾ ਹੈ, ਮੈਂ ਇਸ ਮੁਖਾਲਫਤ ਨਹੀਂ ਕਰਦਾ, ਪਰ ਮੇਰਾ ਖਿਆਲ ਹੈ ਵੀ ਅੱਜ ਜੋ ਕਥਾ ਦਰਬਾਰ ਵੀ ਹੋਣੇ ਚਾਹੀਦੇ ਨੇ, ਗੁਰਬਾਣੀ ਦੀ ਕਥਾ, ਜੇ ਅਸੀਂ ਕੋਈ 6-7 ਘੰਟੇ ਦਾ ਪ੍ਰੋਗਰਾਮ ਅਸੀਂ ਕੀਰਤਨ ਦਰਬਾਰ ਕਰਾਉਂਦੇ ਹਾਂ, ਹਰੇਕ ਕੀਰਤਨ ਤੋਂ ਬਾਅਦ ਇੱਕ ਕਥਾ ਕਾਰ ਬਿਠਾਉਣਾ ਚਾਹੀਦਾ ਹੈ, ਤਾਂ ਜੋ ਅਸੀਂ ਕੇਵਲ ਸੁਣ ਕੇ ਕੰਨਰਸ ਤੱਕ ਸੀਮਤ ਨਾ ਰਹੀਏ, ਜੋ ਗੁਰਬਾਣੀ ਸਾਨੂੰ ਇਤਨਾ ਜ਼ਿਆਦਾ ਖੁਲਾਸਾ ਕਰਕੇ ਦਿਖਾਉਂਦੀ ਹੈ, ਦੱਸਦੀ ਹੈ, ਉਹ ਸਾਨੂੰ ਸਮਾਜ ਵਿੱਚ ਜੀਣਾ ਸਿਖਾਉਂਦੀ ਹੈ। ਜੇ ਅਸੀਂ ਬਾਣੀ ਨੂੰ ਸਮਝ ਲਿਆ ਨਾ, ਅਰਥ ਸਮਝ ਲਏ, ਅਸੀਂ ਸਮਾਜ ਦੇ ਲਈ ਕੁਛ ਚੰਗਾ ਕਰ ਸਕਾਂਗੇ, ਜਿਵੇਂ ਗੁਰੂ ਸਾਹਿਬ ਜੀ ਨੇ ਕੀਤਾ ਹੈ ਅਤੇ ਸਾਨੂੰ ਸਮਾਜ ਦੇ ਨਾਲ ਜੋੜਿਆ ਹੈ। ਉਹਨਾਂ ਨੇ ਇਹੀ ਆਖਿਆ ਕਿ ਇੱਥੇ ਰਹਿ ਕੇ ਹੀ ਸੰਸਾਰ ਦੇ ਵਿੱਚ ਹੀ ਉਸ ਨਿਰੰਕਾਰ ਦੀ ਪ੍ਰਾਪਤੀ ਕਰਨੀ ਹੈ। ਸੋ ਇਹ ਬਹੁਤ ਨਿਰੰਕਾਰ ਦੀ ਪ੍ਰਾਪਤੀ, ਮੈਂ ਕਈ ਲੋਕਾਂ ਤੋਂ ਇਹ ਵੀ ਸੁਣਿਆ ਕਿ ਜਿਵੇਂ ਰੱਬ ਤਾਂ ਹੈ, ਵੀ ਡੈਫੀਨੇਟਲੀ ਬਿਲੀਵ ਇਨ ਰੱਬ, ਬਟ ਐਂਡ ਆਫ ਦਾ ਡੇ ਸਾਡੇ ਰੱਬ ਜੋ ਕਿਹਾ ਜਾਂਦਾ ਕਿ ਸਾਡੇ ਮਾਤਾ ਪਿਤਾ, ਅਤੇ ਅੱਜ ਕੱਲ੍ਹ ਮੈਂ ਕਈ ਅਜਿਹੇ ਵੀ ਦੇਖੇ ਨੇ ਜੋ ਕਿ ਆਪਣੇ ਮਾਤਾ ਪਿਤਾ ਦੀ ਸੇਵਾ ਨਹੀਂ ਕਰਦੇ, ਮਾਤਾ ਪਿਤਾ ਨੂੰ ਉਹਨਾਂ ਨੂੰ ਬੋਝ ਲੱਗਦੇ ਆ, ਅਤੇ ਉਹਦੇ ਲਈ ਤੁਸੀਂ ਤੁਹਾਡੇ ਕੋਈ ਵਿਚਾਰ ਤੁਹਾਡੇ ਸੁਣਨਾ ਚਾਹਾਂਗਾ ਜ਼ਰੂਰ। ਮਾਤਾ ਪਿਤਾ ਜਿਸ ਤੋਂ ਸਾਡਾ ਜਨਮ ਹੋਇਆ ਹੈ, ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਤਾਂ ਪਰਮਾਤਮਾ ਹੀ ਹੈ, ਪਰ ਪਰਮਾਤਮਾ ਨੇ ਜ਼ਰੀਆ ਬਣਾਇਆ ਹੈ ਮਾਤਾ ਪਿਤਾ, ਮਾਤਾ ਪਿਤਾ ਦੇ ਜ਼ਰੀਏ ਹੀ ਉਹ ਪਰਮਾਤਮਾ ਸਾਨੂੰ ਸਮਾਜ ਤੇ ਇਸ ਧਰਤੀ ਤੇ ਭੇਜਦਾ ਹੈ। ਬੋਝ ਲੱਗਦੇ ਆ ਅੱਜ ਦੀ ਡੇਟ 'ਚ ਜਨਰੇਸ਼ਨ ਨੂੰ, ਬੋਝ ਲੱਗਦੇ ਆ ਮਾਤਾ ਪਿਤਾ ਨੂੰ, ਲੱਗਦਾ ਕਿ ਅਸੀਂ ਇਹਨਾਂ ਦੇ ਨਾਲ ਨਹੀਂ ਰਹਿ ਸਕਦੇ। ਆਈ ਹੈਵ ਸੀਨ ਦੀ ਪ੍ਰੈਕਟੀਕਲ ਐਗਜ਼ਾਮਪਲਸ ਇਨ ਅਮਰੀਕਾ, ਕੈਨੇਡਾ, ਇੰਡੀਆ। ਸੋ ਇਹੀ ਕਾਰਨ ਹੈ ਕਿ ਅੱਜ ਜੋ ਅਸੀਂ ਇੰਨੀ ਦੂਰ ਭਾਈ ਨੱਠ ਦੀ ਦੁਨੀਆ ਵਿੱਚ ਰਹਿ ਰਹੇ ਹਾਂ ਨਾ, ਸਾਨੂੰ ਵਾਕਈ ਮਾਤਾ ਪਿਤਾ ਬੋਝ ਲੱਗਦੇ ਨੇ, ਸਾਨੂੰ ਲੱਗਦਾ ਵੀ ਉਹਨਾਂ ਦੀ ਸੋਚ ਸਾਡੇ ਨਾਲ ਮਿਲ ਨਹੀਂ ਰਹੀ, ਪਰ ਇਹ ਉਹਨਾਂ ਨੂੰ ਭੁੱਲ ਜਾਂਦਾ ਹੈ ਕਿ ਉਹ ਮਾਤਾ ਪਿਤਾ ਉਹੀ ਨੇ ਜਦੋਂ ਅਸੀਂ ਬੋਲ ਨਹੀਂ ਸਕਦੇ, ਉਹ ਸਾਡੀ ਗੱਲ ਨੂੰ ਸਮਝ ਲੈਂਦੇ ਸਨ, ਅਤੇ ਉਹ ਸਾਨੂੰ ਲੋਰੀਆਂ ਦੇ ਕੇ, ਜਿੱਥੇ ਆਪ ਉਹ ਆਪਣੀਆਂ ਤੰਗੀਆਂ ਕੱਟ ਕੇ ਸਾਨੂੰ ਇੰਨੇ ਸੁੱਖ ਸਹੂਲਤਾਂ ਦੇ ਕੇ ਉਹਨਾਂ ਨੇ ਇੱਥੇ ਤੱਕ ਪਹੁੰਚਾਇਆ। ਸੋ ਗੁਰਬਾਣੀ ਅਨੁਸਾਰ ਤਾਂ ਸਾਨੂੰ ਜੋ ਹੈ ਵੱਡਿਆਂ ਦਾ ਸਤਿਕਾਰ ਕਰਨਾ, ਫਿਰ ਮਾਤਾ ਪਿਤਾ ਦਾ ਸਤਿਕਾਰ ਕਰਨਾ ਤਾਂ ਬਹੁਤ ਜ਼ਰੂਰੀ ਹੈ, ਜਿਹੜੇ ਕਿ ਪਰਮਾਤਮਾ ਦਾ ਰੂਪ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਮੈਨੂੰ ਕਵਿਤ ਚੇਤੇ ਆ ਗਿਆ, ਮਾਂ ਪਿਓ ਪਰ ਹਰ ਸੁਣੈ ਵੇਦ, ਭੇਦ ਨਾ ਜਾਣੈ ਕਥਾ ਕਹਾਣੀ, ਮਾਂ ਪਿਓ ਪਰ ਹਰ ਕਰੈ ਦਾਨ, ਬੇਈਮਾਨ ਅਗਿਆਨ ਪ੍ਰਾਣੀ। ਉਹ ਸਾਰਾ ਜਿਹੜਾ ਹੈ ਨਾ ਕਵਿਤ ਦੇ ਅੰਦਰ, ਉਹਨਾਂ ਨੇ ਮਾਤਾ ਪਿਤਾ ਦੀ ਸੇਵਾ ਦੀ ਗੱਲ ਕੀਤੀ ਹੈ। ਜੇ ਮਾਤਾ ਪਿਤਾ ਨੂੰ ਛੱਡ ਕੇ ਜੇ ਕੋਈ ਕਵੇ ਤਾਂ ਮੈਂ ਤਾਂ ਕਥਾ ਕੀਰਤਨ ਸੁਣ ਚੱਲਿਆ, ਅਤੇ ਪਿੱਛੇ ਮਾਤਾ ਪਿਤਾ ਨੂੰ ਲੋੜ ਹੋਵੇ ਦਵਾਈ ਦੀ ਜਾਂ ਉਹਨਾਂ ਦੇ ਆਸਰੇ ਦੀ, ਉਹਨੂੰ ਇਕੱਲਿਆਂ ਨੂੰ ਛੱਡ ਕੇ ਕੋਈ ਕਿਤੇ ਜਾ ਰਿਹਾ ਹੈ ਅਤੇ ਉਹ ਕਿਤੇ ਥਾਂ ਹੀ ਨਹੀਂ, ਉਹਨੂੰ ਮੂਰਖ ਵੀ ਆਖਿਆ ਹੈ, ਉਹਨੂੰ ਪਖੰਡ ਵੀ ਆਖਿਆ ਹੈ। ਬਹੁਤ ਸੋਹਣਾ ਕਵਿਤ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ। ਸੋ ਸਾਨੂੰ ਮਾਤਾ ਪਿਤਾ ਦੀ ਸੇਵਾ ਕਰਦੇ ਹਾਂ ਅਤੇ ਉਹਦੇ ਵਿੱਚ ਜਿਸ ਨੂੰ ਪਰਮਾਤਮਾ ਦਿਸਦਾ ਹੈ ਅਤੇ ਪਰਮਾਤਮਾ ਹਾਜ਼ਰ ਨਾ, ਕੀ ਅਸੀਂ ਉਹਨਾਂ ਨੂੰ ਲਾਈਵ ਗੋਡ ਕਹਿ ਸਕਦੇ ਹਾਂ, ਜੀਂਦੇ ਜਾਂਦੇ ਪਰਮਾਤਮਾ ਕਹਿ ਸਕਦੇ ਹਾਂ? ਬਿਲਕੁਲ ਬਿਲਕੁਲ, ਕਿਉਂਕਿ ਸਾਹਿਬਾਂ ਨੇ ਸਾਨੂੰ ਇਹੀ ਆਖਿਆ ਬਾਣੀ ਦੇ ਅੰਦਰ, ਘੱਟ ਘੱਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ, ਹਰੇਕ ਹਿਰਦੇ ਦੇ ਅੰਦਰ ਪਰਮਾਤਮਾ ਹੈ।
जे परमात्मा हरेक दे हिरदे विच है ते पहली गल ते अपने अंदर पहला पछाणना पवेगा, अपने हिरदे च परमात्मा है इस गल नूं पहला पहचानना पवेगा। पहचान असीं तां सकांगे जिस असीं बाणी दे नाल जुड़े हाँ, जे सानूं उसदा ज्ञान है। ज्ञान बाणी दे रही है कि हरेक दे हिरदे अंदर परमात्मा है, क्योंकि काहिरे बन खोजन जाई सर्व निवासी सदा अलेपा तो ही संग समाई। परमात्मा कितने बाहर नहीं, ना जंगलों में, ना कितने होर बार दूर दरेडे, ना तीर्थां ते, परमात्मा हिरदे दे अंदर है, उत्थे पहचानना पवेगा। जब उन्हों पहचानांगे फिर असीं माता पिता च भी देखांगे, अपने पति या पत्नी च भी देखांगे, बच्चों च भी देखांगे, रिश्तेदारां च भी, समाज के हरेक बंदे अंदर सानूं परमात्मा दिसेगा। फिर ना साडा कोई दुश्मन है, ना कोई मित्र है। सानूं साहिबां ने यही आख्या है कि कोई बोले राम राम, कोई खुदा, कोई सेवै गुरसईयां, कोई अल्लाह। परमात्मा का नाम कोई किसी तरह लैंदा है, मुबारक है, पर है सारे उस परमात्मा दे बच्चे। अवल अल्लाह नूर उपाया कुदरत के सब बंदे, एक नूर ते सब जग उपजिया, कौन भले को मंदे। एको नूर तो परमात्मा दे नूर तो सारे ये सारे असी परमात्मा दी अंश हाँ, ते उस परमात्मा जे अंश हाँ, ते साडा परमात्मा हिरदे दे अंदर है, सानू पहचानन दी लोड़ है। गुरु गोबिंद सिंह महाराज दा बड़ा सोहना बचन है, मानस की जात सब है एक है पहचान बो। सो उन्होंने सानू ते हमेशा ही समाज दे नाल जोड़िया है, सारयां नू इको बराबर इक्वलिटी दिती है। ते असी जो असी बाणी नू इसे तरह समझांगे, जरूरत है कि बाणी नू असी बैठ के सुनीए, विचारीए, ते कथा दरबार जरूर होने चाहिए ने, पर उहदे विच चंगे बुलारे होण, चंगे कथाकार होण, जिन्हां नू बाणी दी अच्छी नॉलेज होवे। नहीं तां अपने अपने विचार किसी दे हो सकदे ने, जरूरी नहीं कि उह चंगी गल कर सकन। गुरबाणी दीआं पंक्तियां लै के कई वारी कोई बंदा इस तरह भी उह चंगा खरा नहीं उतरदा, जो अर्थ सही होने चाहिए ने वो ही आपां करके उन्हूं समझिए, फिर बाणी जो असीं अपने जीवन में ढालांगे, तो असीं जिथे समाज लई चंगा काम कर सकते हैं, देश की उन्नति दे लई चंगा कर सकते हैं, सारे संसार विश्व दे लई असीं चंगा कर सकते हैं। बाणी का फरमान है, जगत जलंदा रख लै अपनी कृपा धार, जिस द्वारा उभरै ते तै लियो उभार। साहिबां ने बड़ा सोहना सानूं आख्या है कि किसी भी तरीके दे नाल इह सृष्टि इह लोग बचदे ने ते बचा लै परमात्मा। उह इको ही तरीका कि बाणी दे नाल जुड़ जाइए, नाम दे नाल जुड़ जाइए। ते नाम दे जुड़न दे लई इस तरह नहीं हैगा कि असीं बैठ के दो ढाई घंटे बैठना है जरूरी, जिन्ना टाइम गुजारे बैठे, जो सारा दिन असीं कार विहार करना है और वे सानू परमात्मा चेते रहे। बट ज्ञानी जी, मैं एक गल होर देखी है, मैं ना नहीं किसी का लेना चाहूँगा, बट आई हैव सीन कि पंज टाइम का नितनेम करते ने और सवेरे शाम गुरुद्वारे जाते ने और गुरु जाके विचारां नूं सुनदे भी ने, बट हैव सीन दे आर डूइंग रोंग थिंग्स इन देयर लाइफ, ठगी मार रहे ने लोकां नाल, और कई अजे भी केस सामने आ चुके ने कि दे आर डूइंग बैड थिंग्स, ते उहनां लई तुहाडे की विचार ने? देखो, जो कर्म कर रहे ने अच्छा करते ने, बाणी लई टाइम कढ़दे ने, गुरुद्वारे आंदे ने, कर्म अच्छा है। प्रैक्टिकल लाइफ दे विच दे नॉट डूइंग गुड, और ते ओ नहीं जे ओ आ रहे तां कितने कितने साडा ही मन है जिहड़ा इन्ना दौड़ रहा है। प्रैक्टिकल लाइफ दे अंदर इस तरह दीआं उदाहरणां सानूं मिलदीआं ने, पर ऐसे गुरमुख भी ने। सच्चाई हमेशा थोड़ी हुंदी है, बुराई हमेशा ज़्यादा हुंदी है, सच्चे लोग भी घट हुंदे ने, बुरे लोग ज़्यादा हुंदे ने। गुरु गोबिंद सिंह महाराज सन उन्हां दे मुकाबले ते औरंगजेब, उस तों पहलां होर सारे जिहड़े सन, जिहड़े धर्म नूं नाश करन वाले, धर्म बचाउण वाले थोड़े हुंदे ने, धर्म दा नाश करन वाले, लुकाई नूं खत्म करन वाले, जुल्म करन वाले लोग हमेशा ज़्यादा रहे ने। जिहड़ा है सच्चाई ते पहरा देण वाले हमेशा थोड़े हुंदे ने, पर उन्हां थोड़ियां ते जो है सच्चाई चलदी है। ठीक है, तुसीं जो कहा बई आम तौर पर जो बहुती गिनती है देखण च यही आउंदी है बई गुरुद्वारे दा भी सारा वो कीर्तन सुनदे ने, सेवावां भी करदे ने, समाज लई भी स्पिरिचुअल जिहड़े लीडर ने, जिहड़े स्पिरिचुअल गल्लां करदे ने, जिहड़ी धार्मिक गल्लां करदे ने, है ना। मैं आपां मीडिया दे विच भी कई वार देख चुके हां कि उन्हां दे जिहड़े चेहरे ने वो बेनकाब होंदे आ, सामने आउंदे आ एंड ऑफ द डे, ते ओह वी लोकां नूं साइकोलॉजिकली अपने गल्लां नाल, है ना, अपनी चीज़ां नाल, लेकिन एंड ऑफ द डे वो अपनी लाइफ दे विच इंप्लीमेंट नहीं करदे ना डूइंग द थिंग्स अपनी लाइफ दे विच। तो उहदे लई मैं चाहुंदा कि कुछ विचार तुसीं उहनां नूं जरूर दो जो तुहानूं इस टाइम अजय मानसिकता दे लोक भी देख रहे होण, ते ताकि उहनां नूं भी पता चले कि यार जे मैं अपनी लाइफ दे विच करदा तो आई शुड चेंज माई लाइफ। गुरबाणी अनुसार, गुरबाणी तां सारयां दी सांझी है, खत्री ब्राह्मण सूद वैश उपदेश चौह वर्णा को सांझा, सारे लिए सांझा है। कोई भी किसी धर्म का बंदा जो गुरबाणी नूं विचारदा है तो वो जिन्हां दे मन नूं असर कर जाती है, चोट कर जाती है, तो वह तो फिर अपनी जिंदगी अच्छा ही काम करते हैं। और अज वाकई निगार वाली गल है, जेडे साडे सिख चेहरे ने राजनीतिक राजनीति के अंदर, साडे सिख लीडर ने जेडे साबत सूरत भी ने, पगां भी बनियां ने, दिसदियां ने, पर वह बाणी तो कोहां दूर ने,
ਆਪ ਅੰਮ੍ਰਿਤਧਾਰ ਵੀ ਨਹੀਂ ਹੈਗੇ ਅਤੇ ਉਹਨਾਂ ਦੀ ਸੱਚਾਈ ਵੀ ਨਹੀਂ ਅਤੇ ਕੋਈ ਨਾ ਕੋਈ ਬਲੇਮ ਵੀ ਉਹਨਾਂ 'ਤੇ ਲੱਗਦੇ ਰਹਿੰਦੇ ਨੇ, ਉਹ ਨਸ਼ਾ ਵੀ ਵੇਚਦੇ ਨੇ, ਇਸ ਤਰ੍ਹਾਂ ਦੇ ਹੋਰ ਘਪਲੇ ਵੀ ਉਹਨਾਂ ਦੇ ਨਾਮ ਜੁੜੇ ਹੁੰਦੇ ਨੇ, ਨਾਮ ਉਹਨਾਂ ਦੇ ਲੱਗਦੇ ਨੇ। ਪਰ ਮੈਂ ਕਹਿੰਦਾ ਵੀ ਉਹ ਜਿਹੜਾ ਸਰੂਪ ਹੈ, ਗੁਰੂ ਦਾ ਸਰੂਪ ਹੈ, ਅਤੇ ਉਹਨਾਂ ਦੇ ਅੰਦਰ ਵਾਕਈ ਬਾਣੀ ਤੋਂ ਬੜੀ ਦੂਰੀ ਹੈ। ਉਹਨਾਂ ਨੇ ਬਾਣੀ ਪੜ੍ਹਦੇ ਵੀ ਨੇ ਪਰ ਅਸਰ ਨਹੀਂ ਕਰਦੇ। ਇਹ ਇੱਕ ਬੜੀ ਅੱਜ ਨਮੋਸ਼ੀ ਵਾਲੀ ਗੱਲ ਹੈ। ਯੂ ਆਰ ਪ੍ਰੈਕਟੀਕਲ ਬਟ ਯੂ ਆਰ ਨਾਟ ਥਿਓਰੀਟੀਕਲ। ਯਾ, ਆਈ ਕੈਨ, ਆਈ ਮਸਟ ਸੇ ਦਿਸ, ਯੂ ਆਰ ਪ੍ਰੈਕਟੀਕਲ ਬਟ ਯੂ ਆਰ ਨਾਟ ਥਿਓਰੀਟੀਕਲ, ਦੈਟ ਵਟ ਬਾਬਾ ਜੀ ਵਾਂਟਸ ਟੂ ਡਿਲੀਵਰ ਦਿਸ। ਸੋ ਸਾਨੂੰ ਚਾਹੀਦਾ ਕਿ ਅਸੀਂ ਬਾਣੀ 'ਤੇ ਪਹਿਰਾ ਦਈਏ, ਅਤੇ ਜਿਹੜੇ ਸਾਡੇ ਸਿੱਖ ਲੀਡਰ ਵੀ ਨੇ ਜਿਨ੍ਹਾਂ 'ਤੇ ਅਸੀਂ ਵਿਸ਼ਵਾਸ ਕਰਕੇ ਚੱਲਦੇ ਹਾਂ, ਅਤੇ ਉਹਨਾਂ ਦਾ ਫਰਜ਼ ਬਣਦਾ ਕਿ ਜੋ ਤੁਹਾਡਾ ਚਿਹਰਾ ਹੈ ਨਾ, ਤੁਹਾਡੇ ਚਿਹਰੇ 'ਤੇ ਦਾੜੀਆਂ ਮੁੱਛਾਂ ਨੇ, ਤੁਹਾਡੇ ਚਿਹਰੇ 'ਤੇ ਸੋਹਣੀ ਦਸਤਾਰ ਹੈ, ਇਹ ਜਿਹੜਾ ਸਰੂਪ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਰੂਪ ਹੈ। ਸਾਨੂੰ ਆਪਣੇ ਆਪ 'ਚ ਉਹ ਗੁਰੂ ਮਹਾਰਾਜ ਜੀ ਦਿਸਣੇ ਚਾਹੀਦੇ ਨੇ, ਦਿਸਣਗੇ ਤਾਂ ਹੀ ਜੇ ਅਸੀਂ ਬਾਣੀ ਨੂੰ ਅਸੀਂ ਅਸਰ ਕਰਦੇ ਹਾਂ, ਉਹਦੇ 'ਤੇ ਬਾਣੀ 'ਤੇ ਅਮਲ ਕਰਦੇ ਹਾਂ, ਫਿਰ ਜਿਹੜਾ ਹੈ ਸਿੱਖ ਲੀਡਰ ਹੈ, ਜਿਹੜਾ ਕਮਾਂਡਰ ਹੈ, ਉਹ ਵਾਕਈ ਸਾਨੂੰ ਵੀ ਨਾਲ ਲੈ ਕੇ ਚੱਲੇਗਾ, ਅਤੇ ਦੁਨੀਆਂ ਵਿੱਚ ਵੀ ਉਹ ਦੱਸੇਗਾ ਵੀ ਜੇ ਮੈਂ ਸਿੱਖ ਹਾਂ, ਮੇਰੇ ਕੋਲ ਸਰੂਪ ਸਿੱਖੀ ਵਾਲਾ ਹੈ, ਅਤੇ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੱਖ ਹਾਂ, ਅਤੇ ਮੈਂ ਚੰਗਾ ਹੀ ਕੰਮ ਕਰਾਂਗਾ। ਪੁਰਾਤਨ ਜਿਹੜੇ ਸਾਡੇ ਜਥੇਦਾਰ ਸਨ, ਪੁਰਾਤਨ ਜਿਹੜੇ ਸਾਡੇ ਕਮਾਂਡਰ ਸਨ, ਜੋ ਸਾਡੇ ਆਗੂ ਸਨ ਨਾ, ਉਹਨਾਂ ਦਾ ਜੀਵਨ ਸੀ, ਜਿੱਥੇ ਉਹਨਾਂ ਕੋਲ ਬਾਣਾ ਸੀ ਨਾ, ਬਾਹਰ ਦਾ ਪਹਿਰਾਵਾ ਸੀ, ਬਾਣੀ ਵੀ ਉਹਨਾਂ ਦੇ ਅੰਦਰ ਸੀ, ਉਹ ਅੱਜ ਸਾਡੇ ਜਿਹੜੇ ਹੈ ਲੀਡਰਾਂ ਕੋਲੋਂ, ਸਿੱਖ ਲੀਡਰਾਂ ਕੋਲੋਂ ਖਾਸ ਤੌਰ ਤੇ ਜਾਂਦਾ ਜਾ ਰਿਹਾ ਹੈ। ਮੀਰੀ ਪੀਰੀ ਕਨਸੈਪਟ, ਜੋ ਕਿ ਮੀਰੀ ਪੀਰੀ ਕਨਸੈਪਟ ਸਾਨੂੰ ਗੁਰੂ ਸਾਹਿਬ ਜੀ ਨੇ ਦਿੱਤਾ ਸੀਗਾ, ਜਿੱਥੇ ਉਹ ਅਸੀਂ ਉਹਨੂੰ ਭੁੱਲਦੇ ਜਾ ਰਹੇ ਹਾਂ, ਬਿਲਕੁਲ ਭੁੱਲਦੇ, ਜਿਸ ਕਰਕੇ ਕਿ ਸਾਡੀ ਜ਼ਿੰਦਗੀ ਅੰਦਰ ਸਟ੍ਰੈਸ ਵੀ ਹੈ, ਈਗੋ ਵੀ ਹੈ, ਹੰਕਾਰ ਵੀ ਹੈ, ਤੇ ਸਭ ਮੈਨੇ ਆਖਿਆ ਵੀ ਇਹ ਮੈਂ ਬਿਲਕੁਲ ਬਾਰ ਬਾਰ ਕਰਕੇ ਇਸ ਬੋਲ ਰਿਹਾ, ਇਹੀ ਮੇਰਾ ਟੀਚਾ ਹੈ ਸ਼ੋਅ ਸ਼ੁਰੂ ਕਰਨ ਦਾ, ਰੂਹਾਨੀਅਤ ਗੱਲਾਂ। ਮੈਂ ਬਿਲਕੁਲ ਇਸ ਕਰਕੇ ਬੋਲ ਰਿਹਾ ਬਿਕੋਜ਼ ਆਈ ਹੈਵ ਸੀਨ ਪੀਪਲ ਇਨ ਮਾਈ ਪ੍ਰੈਕਟੀਕਲ ਲਾਈਫ ਵੇਅਰ ਇਨ, ਮੈਂ ਵੀ ਨਹੀਂ ਕਹਿੰਦਾ ਕਿ ਮੈਂ ਬਹੁਤ ਗੁਰਬਾਣੀ ਨੂੰ ਵਿਚਾਰਦਾ ਜਾਂ ਮੈਂ ਬਹੁਤ ਹੀ ਸੱਚਾ ਸਿੱਖ ਹੈਗਾ, ਬਟ ਆਈ ਐਮ ਟਰਾਈਂਗ। ਅਗਰ ਮੈਂ ਟਰਾਈ ਕਰ ਸਕਦਾ ਇਸ ਸ਼ੋਅ ਦੇ ਜ਼ਰੀਏ, ਤਾਂ ਮੈਂ ਚਾਹੁੰਦਾ ਕਿ ਯੂ ਸ਼ੁੱਡ ਆਲਸੋ ਟਰਾਈ, ਬਿਕੋਜ਼ ਟਰਾਈ ਕਰਕੇ ਆਪਾਂ ਆਪਣੀ ਲਾਈਫ ਦੇ ਵਿੱਚ ਇਸ ਫਿਲੋਸਫੀ ਨਾਲ ਜੁੜ ਸਕਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਦੀ ਫਿਲੋਸਫੀ ਨਾਲ ਜੁੜ ਸਕਦੇ ਹਾਂ। ਜਦ ਮੈਂ ਗੱਲਾਂ ਕਰਦਾ ਅਜਿਹੇ ਬੁੱਧੀਜੀਵੀ ਨਾਲ, ਤਾਂ ਮੈਨੂੰ ਵੀ ਅੰਦਰੋਂ ਦੀ ਇੱਕ ਐਨਰਜੀ ਕ੍ਰੀਏਟ ਹੁੰਦੀ ਹੈ, ਮੈਨੂੰ ਲੱਗਦਾ ਕਿ ਤੁਹਾਨੂੰ ਵੀ ਉਹੀ ਐਨਰਜੀ ਕ੍ਰੀਏਟ ਹੋ ਰਹੀ ਹੋਣੀ ਹੈ। ਅਤੇ ਤੁਸੀਂ ਆਪਣੀ ਲਾਈਫ ਦੇ ਵਿੱਚ, ਮੈਂ ਤੁਹਾਨੂੰ ਗਿਆਨ ਨਹੀਂ ਦੇਣਾ ਚਾਹੁੰਦਾ, ਬਿਕੋਜ਼ ਗਿਆਨ ਦੇਣ ਦੇ ਲਈ ਮੈਂ ਆਪਣੇ ਨਾਲ ਸਿੱਖ ਬੁੱਧੀਜੀਵੀਆਂ ਨੂੰ ਬਿਠਾਉਂਦਾ, ਉਹਨਾਂ ਦੇ ਜਿਹੜੇ ਥੋਟਸ ਨੇ ਉਹ ਤੁਹਾਡੇ ਤੱਕ ਪਹੁੰਚਦੇ ਨੇ, ਤਾਂ ਕਿ ਜਦ ਮੈਂ ਆਪਣੇ ਆਪ ਦੇ ਵਿੱਚ ਸੁਧਾਰ ਕਰ ਸਕਦਾ ਲਾਈਫ ਦੇ ਵਿੱਚ, ਤਾਂ ਮੈਨੂੰ ਜ਼ਰੂਰ ਲੱਗ ਰਿਹਾ ਹੋਣਾ ਕਿ ਤੁਸੀਂ ਟੀਵੀ ਸਕਰੀਨ ਦੇ ਜ਼ਰੀਏ, ਇਸ ਸ਼ੋਅ ਦੇ ਜ਼ਰੀਏ ਤੁਸੀਂ ਆਪਣੀ ਲਾਈਫ ਦੇ ਵਿੱਚ ਤਬਦੀਲੀਆਂ ਜ਼ਰੂਰ ਲੈ ਕੇ ਆਓਗੇ। ਅਤੇ ਤੁਸੀਂ ਜਾਂਦੇ ਜਾਂਦੇ ਬਾਬਾ ਜੀ, ਮੈਂ ਚਾਹੁੰਦਾ ਕਿ ਤੁਸੀਂ ਕੋਈ ਸੁਨੇਹਾ ਜਿਹੜੀ ਸਿੱਖ ਸੰਗਤ ਨੂੰ ਦੇ ਦਿਓ, ਕਿਉਂਕਿ ਸਮਾਂ ਬਹੁਤਾ ਨਹੀਂ ਹੈਗਾ। ਸੋ ਸੁਨੇਹਾ ਗੁਰਬਾਣੀ ਅਨੁਸਾਰ ਤਾਂ ਇਹੀ ਹੈ, ਗੁਰਬਾਣੀ ਨੂੰ ਅਸੀਂ ਸਮਝੀਏ, ਸਮਝ ਤਾਂ ਹੀ ਸਕਾਂਗੇ ਜੇ ਅਸੀਂ ਉਹਨਾਂ ਨੂੰ ਅਰਥਾਂ ਸਮੇਤ ਪੜ੍ਹਾਂਗੇ। ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਾਂਗੇ, ਸਮਝਾਂਗੇ, ਤਾਂ ਅਸੀਂ ਸਮਾਜ ਦੇ ਲਈ ਭਲਾ ਕਰ ਸਕਦੇ ਹਾਂ, ਆਪਣੇ ਦੇਸ਼ ਦੀ ਉੱਨਤੀ ਲਈ ਹਿੱਸਾ ਪਾ ਸਕਦੇ ਹਾਂ, ਅਸੀਂ ਸਾਰੇ ਸੰਸਾਰ ਦੇ ਵਿਸ਼ਵ ਦੇ ਅੰਦਰ ਸ਼ਾਂਤੀ ਕਾਇਮ ਕਰ ਸਕਦੇ ਹਾਂ। ਸੋ ਇਹ ਜੋ ਸੁਨੇਹਾ ਹੈ, ਆਪ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਜਸ ਟੀ ਵੀ ਦਾ, ਆਪ ਸਦਾ ਹਰਕੀਰਤ ਸਿੰਘ ਜੀ ਆਹਲੂਵਾਲੀਆ, ਆਪ ਜੀ ਨਾਲ ਜੋ ਕੈਮਰਾਮੈਨ ਦੀਪਕ ਜੀ ਨੇ, ਇਹਨਾਂ ਦਾ ਬਹੁਤ ਧੰਨਵਾਦ ਹੈ, ਹਮੇਸ਼ਾ ਮਿਲਦੇ ਰਹਿੰਦੇ ਨੇ। ਆਪ ਦੇ ਜ਼ਰੀਏ ਜਿਹੜਾ ਗੁਰਬਾਣੀ ਦਾ ਇਹ ਸੰਦੇਸ਼, ਜੋ ਆਪ ਜੀ ਬੁੱਧੀਜੀਵੀਆਂ ਨੂੰ, ਗੁਰੂ ਕੇ ਕੀਰਤਨੀਆਂ ਨੂੰ, ਗੁਰੂ ਕੇ ਕਥਾਵਾਚਕਾਂ ਨੂੰ ਨਾਲ ਲੈ ਕੇ ਜੋ ਗੁਰਬਾਣੀ ਦੀ ਗੱਲ ਹੈ ਘਰ ਘਰ ਪਹੁੰਚਾਉਂਦੇ ਹੋ, ਬੜਾ ਅੱਛਾ ਤਰੀਕਾ ਹੈ, ਬਹੁਤ ਵਧੀਆ ਇਹ ਆਪ ਜੀ ਦਾ ਉਪਰਾਲਾ ਹੈ, ਆਪ ਜੀ ਦਾ ਵੀ ਧੰਨਵਾਦ ਹੈ। ਸੰਗਤਾਂ ਦੇ ਚਰਨਾਂ 'ਚ ਵੀ ਬੇਨਤੀ ਹੈ ਕਿ ਆਪਾਂ ਬਾਣੀ ਨੂੰ ਕੇਵਲ ਅਤੇ ਕੇਵਲ ਇੱਕ ਤੋਤਾ ਰਟਨ ਬਣਾ ਕੇ ਨਹੀਂ ਚੱਲਣਾ, ਜਿੱਥੇ ਸਾਡਾ ਰੂਟੀਨ ਹੈ, ਅਸੀਂ ਨਿਤਨੇਮ ਕਰਨਾ ਹੈ, ਕੇਵਲ ਤੋਤਾ ਰਟਨ ਹੀ ਨਹੀਂ, ਨਾਲ ਨਾਲ ਉਹਨੂੰ ਅਸੀਂ ਪ੍ਰੈਕਟੀਕਲੀ ਲਾਈਫ ਦੇ ਵਿੱਚ ਵੀ ਅਸੀਂ ਉਹਦੇ 'ਤੇ ਅਮਲ ਕਰੀਏ, ਤਾਂ ਜੋ ਅਸੀਂ ਆਪਣੀ ਲਾਈਫ ਨੂੰ ਜਿੱਥੇ ਉਚੇਰਾ ਕਰ ਸਕੀਏ, ਅਸੀਂ ਸਮਾਜ ਦੇ ਲਈ ਵੀ ਭਲਾ ਕਰ ਸਕੀਏ, ਕਿਉਂਕਿ ਗੁਰੂ ਸਾਹਿਬਾਂ ਨੇ ਸਾਨੂੰ ਸਮਾਜ ਦੇ ਨਾਲ ਜੋੜਿਆ ਹੈ। ਗੁਰੂ ਸਾਹਿਬਾਂ ਨੇ ਬੜੇ ਬੜੇ ਵੱਡੇ ਸ਼ਹਿਰ ਵਸਾਏ ਨੇ। ਅੱਛਾ, ਮੈਨੂੰ ਜਾਂਦੇ ਜਾਂਦੇ ਇੱਕ ਚੀਜ਼ ਹੋਰ ਵੀ ਜ਼ਿਹਨ ਦੇ ਵਿੱਚ ਆ ਰਹੀ ਹੈ, ਸਮਾਂ ਨਹੀਂ ਹੈਗਾ ਲੇਕਿਨ ਮੈਂ ਜ਼ਰੂਰ ਪੁੱਛਣਾ ਚਾਹੁੰਦਾ ਕਿ ਅਸੀਂ ਆਪਣੀ ਇਸ ਲਾਈਫ ਦੇ ਵਿੱਚ, ਇਸ ਡੇਲੀ ਰੂਟੀਨ ਦੇ ਵਿੱਚ, ਸੋਸ਼ਲ ਲਾਈਫ, ਸਮਾਜਿਕ ਲਾਈਫ, ਜੇ ਕੋਈ ਸਾਨੂੰ ਬਾਣੀ ਦੇ ਵਿੱਚ ਮਿਲੀ ਹੈ, ਜੇ ਸਾਨੂੰ ਗੁਰੂ ਸਾਹਿਬਾਨ ਦੇ ਗਏ ਸੀਗੇ ਕਿ ਉਹਦੇ ਨਾਲ ਜੁੜਨਾ ਚਾਹੀਦਾ, ਕਿ ਸਾਨੂੰ ਸੋਸ਼ਲ ਵੀ ਹੋਣਾ ਚਾਹੀਦਾ, ਆਪਣੇ ਰਿਸ਼ਤੇਦਾਰਾਂ ਨਾਲ, ਪਰਿਵਾਰਾਂ ਨਾਲ, ਦੋਸਤਾਂ ਨਾਲ ਵੀ ਸਾਨੂੰ ਰਾਬਤਾ ਕਾਇਮ ਕਰਨਾ ਚਾਹੀਦਾ, ਲੇਕਿਨ ਅੱਜ ਨਹੀਂ ਹੋ ਪਾ ਰਿਹਾ ਉਹ, ਤੁਹਾਨੂੰ ਉਹਦਾ ਕੀ ਕਾਰਨ ਲੱਗਦਾ? ਕਾਰਨ ਇਹ ਹੀ ਹੈ ਕਿ ਅਸੀਂ ਇੰਨਾ ਕੁ ਰੁਝੇਵਿਆਂ ਵਿੱਚ ਆ ਗਏ ਹਾਂ, ਸਾਨੂੰ ਜੋ ਸਾਡਾ ਸਟੇਟਸ ਲੱਗਦਾ ਵੀ ਸਾਡੇ ਕੋਲ ਬੈਂਕ ਬੈਲੈਂਸ ਹੋਵੇ, ਸਾਡੇ ਕੋਲ ਹੋਰ ਸਹੂਲਤਾਂ ਹੋਣ, ਉਹਦੇ ਕਰਕੇ ਅਸੀਂ ਲੱਗਦਾ ਵੀ ਅਸੀਂ ਅੱਗੇ ਨਿਕਲ ਜਾਈਏ ਆਪਣੇ, ਅਸੀਂ ਈਗੋ 'ਚ ਅਸੀਂ ਜਾਂ ਇਹ ਵੀ ਭੁੱਲ ਜਾਂਦੇ ਹਾਂ ਕਿ ਅਸੀਂ ਆਪਣੇ ਭਰਾ ਨੂੰ ਜਾਂ ਆਪਣੇ ਰਿਸ਼ਤੇਦਾਰ ਨੂੰ, ਉਹ ਇਹ ਸਾਡਾ ਰਿਸ਼ਤੇਦਾਰ ਆ, ਸੋ ਇਹ ਸੋਚਦੇ ਹਾਂ ਕਿ ਅਸੀਂ ਇਸ ਤੋਂ ਅੱਗੇ ਲੰਘ ਜਾਈਏ। ਪੈਸੇ ਦੇ ਕਹਿਣ ਦਾ ਉਹ ਹੀ ਭਾਵ ਕਿ ਅਸੀਂ ਲੋਕਾਂ ਨੂੰ ਭਾਰ ਸਮਝਾ ਰਹੇ ਹਾਂ, ਕਿ ਵੀ ਆਰ ਮੇਕਿੰਗ ਪੀਪਲ ਅੰਡਰਸਟੈਂਡਿੰਗ, ਕਿ ਉਹ ਲੋਕਾਂ ਨੂੰ ਵਿਚਾਰ ਦੇ ਰਹੇ ਜਾ ਕੇ, ਲੇਕਿਨ ਘਰ ਦੇ ਵਿੱਚ ਉਸ ਵਿਚਾਰ ਨੂੰ ਇੰਪਲੀਮੈਂਟ ਨਹੀਂ ਕਰ ਰਹੇ। ਬਿਲਕੁਲ ਬਿਲਕੁਲ, ਗੁਰਬਾਣੀ ਜਿਹੜੀ ਹੈ ਸਾਨੂੰ
ਜਿਹੜੀ ਹੈ ਉਸ ਪਰਮਾਤਮਾ ਨਾਲ ਜੋੜਦੀ ਹੈ ਅਤੇ ਸਮਾਜ ਦੇ ਨਾਲ ਵੀ ਜੋੜਦੀ ਹੈ। ਕਰੈਕਟ। ਅਤੇ ਜਿੱਥੇ ਇੱਕ ਸਿੱਖ ਜਿਹੜਾ ਉਹ ਧਾਰਮਿਕ ਹੋਣਾ ਚਾਹੀਦਾ ਅਤੇ ਨਾਲ ਬਾਬਾ ਜੀ ਦੇ ਕਹਿਣ ਦਾ ਭਾਵ ਹੈ ਕਿ ਉਹ ਸਮਾਜਿਕ ਵੀ ਹੋਣਾ ਚਾਹੀਦਾ, ਸੋਸ਼ਲ ਵੀ ਹੋਣਾ ਚਾਹੀਦਾ। ਅਤੇ ਇਸ ਦੇ ਨਾਲ ਇਹ ਸੀਗੇ ਮੇਰੇ ਨਾਲ ਗਿਆਨੀ ਕੁਲਦੀਪ ਸਿੰਘ ਜੀ, ਹੈੱਡ ਗ੍ਰੰਥੀ ਗੁਰੂ ਨਾਨਕ ਦਰਬਾਰ ਹਿਕਸਵਿਲ। ਜੇਕਰ ਤੁਸੀਂ ਇਹਨਾਂ ਨਾਲ ਰਾਬਤਾ ਕਾਇਮ ਕਰਨਾ ਚਾਹੁੰਦੇ ਹੋ, ਇਹਨਾਂ ਦੇ ਵਿਚਾਰ ਤੁਸੀਂ ਸੁਣਨਾ ਚਾਹੁੰਦੇ ਹੋ, ਜੇਕਰ ਤੁਹਾਡੇ ਜ਼ਿਹਨ ਦੇ ਵਿੱਚ ਕੋਈ ਸਵਾਲ ਚੱਲ ਰਹੇ ਨੇ, ਤਾਂ ਹੇਠ ਲਿਖੇ ਫੋਨ ਨੰਬਰ 'ਤੇ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਤੁਸੀਂ ਜੇ ਵਿਦੇਸ਼ਾਂ ਦੇ ਵਿੱਚ ਦੇਖ ਰਹੇ ਹੋ, ਜੇ ਤੁਸੀਂ ਬਾਬਾ ਜੀ ਨੂੰ ਉੱਥੇ ਬੁਲਾਉਣਾ ਚਾਹੁੰਦੇ ਹੋ, ਤਾਂ ਯੂ ਕੈਨ ਡੈਫੀਨੇਟਲੀ ਕਾਲ ਹਿਮ। ਵੀ ਆਰ ਸ਼ੋਕੇਸਿੰਗ ਹਿਜ਼ ਨੰਬਰ। ਤੁਸੀਂ ਇਸ ਨੰਬਰ 'ਤੇ ਕਾਲ ਕਰਕੇ ਉਹਨਾਂ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਇਸ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਨਹੀਂ, ਮੈਨੂੰ ਹਰਕੀਰਤ ਸਿੰਘ ਆਲੀਵਾਲੀਆ ਅਤੇ ਗਿਆਨੀ ਕੁਲਦੀਪ ਸਿੰਘ ਜੀ ਨੂੰ ਦਿਓ ਜ਼ਿਆਦਾ ਧੰਨਵਾਦ। ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੰਦੇ